ਸਾਨੂੰ ਨਹੀਂ ਪਤਾ ਇਹ ਬਾਅਦ ਵਿੱਚ ਫਿਰ ਉੱਧਰ ਪਰੇ ਸਾਰੇ ਰੌਲਾ ਪੈ ਗਿਆ ਵੀ ਇਹ ਕੰਮ ਹੋ ਗਿਆ ਬੇਟਾ ਸ਼ਹੀਦ ਹੋ ਗਿਆ ਸ਼ਹੀਦ ਹੋ ਗਿਆ। ਕਿੱਥੇ ਤੂੰ ਚਲਿਆ, ਕਿਹੜੇ ਦਿਨਾਂ ਦੇ ਵਿੱਚ ਤੂੰ ਆ ਕੇ ਤੇ ਸਾਡੇ ਨਾਲ ਧੋਖਾ ਦੇ ਕੇ ਚਲੇ ਗਿਆ, ਤੂੰ ਦੇਸ਼ ਦੇ ਰਾਖੀ ਕਰਨਾ ਆ? ਕਿੰਨਾ ਖੁਸ਼ੀ ਹੁੰਦੀ ਆ ਮੇਰਾ ਬੱਚਾ ਆਇਆ ਆ ਦੇਖ ਕੇ, ਰੌਣਕਾਂ ਬਣਦੀਆਂ ਆ, ਕਾਹਦੀਆਂ ਰੌਣਕਾਂ ਮੈਨੂੰ ਹੋਣੀਆਂ, ਮੇਰੇ ਦਿਲ ਦੇ ਵਿੱਚ ਬੜਾ ਦੱਸ ਨਹੀਂ ਸਕਦੀ ਮੈਂ, ਫਿਰ ਹੁਣ ਦਿਨ ਪਰ ਦਿਨ ਵਿੱਚੋਂ ਵਿੱਚ ਹੀ ਰਹਿੰਦੀ ਜਾ ਰਹੀ ਆ। ਰਾਤ ਨੂੰ ਮੈਂ ਇਕੱਲੀ ਹੁੰਦੀ ਹਾਂ, ਮਗਰ ਨਹੀਂ ਮੈਂ ਯਾਦ ਬੜਾ ਮੈਨੂੰ ਯਾਦ ਆਉਂਦਾ ਜਾਂ ਮੈਂ ਨਹੀਂ ਬਚਾ, ਇਸ ਵੇਲੇ ਮੈਨੂੰ ਤਾਂ ਕਿੱਥੇ ਛੱਡ ਗਿਆ ਇਕੱਲੀ ਨੂੰ। ਹੋਰ ਸੋਚਿਆ ਕਿ 3 ਸਾਲ ਤੋਂ ਹੋਏ ਸਾਰੇ ਉਹਦੀ ਮੰਗਣੀ ਹੋਈ ਨੂੰ, ਅਸੀਂ ਤਾਂ ਸੋਚਦੇ ਵੀ ਵਿਆਹ ਕਰਨਾ ਸੀ। ਮੰਗਣੀ ਕੀਤੀ ਹੋਈ ਸੀ? ਹਾਂਜੀ। ਕਹਿੰਦੇ ਨਾ ਮੈਂ ਭਰਤੀ ਹੋਣਾ ਆ, ਮੇਰਾ ਚਾਚਾ ਭਰਤੀ ਹੋਇਆ ਆ, ਮੈਂ ਵੀ ਭਰਤੀ ਹੋਈ, ਦੇਸ਼ ਦੀ ਸੇਵਾ ਕਰਨਾ ਚਾਹੁੰਦਾ, ਸੇਵਾ ਕਰਨੀ, ਮੈਂ ਵੀ ਦੇਸ਼ ਦੀ ਸੇਵਾ ਕਰਨੀ ਮੈਂ। ਸੋ 1999 ਵਿੱਚ ਹੋਏ ਕਾਰਗਿਲ ਯੁੱਧ ਦੇ ਦੌਰਾਨ ਸਾਡੇ ਦੇਸ਼ ਦੇ ਵੀਰ ਜਵਾਨਾਂ ਨੇ ਆਪਣਾ ਬਲੀਦਾਨ ਦੇ ਕੇ ਇਸ ਜੰਗ ਨੂੰ ਜਿੱਤ ਵਿੱਚ ਤਬਦੀਲ ਕੀਤਾ। ਉਸ ਮੱਦੇਨਜ਼ਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਹੁਸ਼ਿਆਰਪੁਰ ਜ਼ਿਲ੍ਹਾ ਦੇ ਵਿੱਚ, ਪਿੰਡ ਰੈਪਰ ਵਿਖੇ, ਜਿੱਥੇ ਦਾ ਇੱਕ ਵੀਰ ਜਵਾਨ ਰਜੇਸ਼ ਕੁਮਾਰ, ਜਿਸਨੇ ਆਪਣੀ ਜਾਨ ਦਿੱਤੀ ਔਰ ਦੇਸ਼ ਦੇ ਪ੍ਰਤੀ ਆਪਣੀ ਸ਼ਹਾਦਤ ਦਿੱਤੀ, ਇਸ ਜੰਗ ਵਿੱਚ ਪੂਰਾ ਯੋਗਦਾਨ ਦਿੱਤਾ। ਸਾਡੇ ਨਾਲ ਰਾਜੇਸ਼ ਦੀ ਮਦਰ ਮੌਜੂਦ ਨੇ, ਉਹਨਾਂ ਨਾਲ ਪੂਰੀ ਗੱਲਬਾਤ ਕਰਦੇ ਹਾਂ ਕਿ ਕਿਸ ਤਰ੍ਹਾਂ ਰਜੇਸ਼ ਭਰਤੀ ਹੋਇਆ ਔਰ ਕੀ ਗੱਲਬਾਤ ਹੋਈ। ਭੈਣ ਜੀ, ਤੁਹਾਡਾ ਨਾਮ ਕੀ ਹੈ? ਮਿੰਦਰ ਕੌਰ। ਮਿੰਦਰ ਕੌਰ ਜੀ, ਤੁਹਾਡਾ ਬੇਟਾ ਕਿਹੜੀ ਯੂਨਿਟ 'ਚ ਸੀਗਾ ਔਰ ਕਦੋਂ ਭਰਤੀ ਹੋਇਆ ਸੀ? ਭਰਤੀ ਤਾਂ ਮੈਨੂੰ ਨਹੀਂ ਪਤਾ ਕਿਹੜੇ ਸਾਲ ਵਿੱਚ ਹੋਇਆ, ਪਰ 16 ਡੋਗਰੇ ਵਿੱਚ ਹੀ। 16 ਡੋਗਰਾ ਵਿੱਚ? ਹਾਂ, 16 ਡੋਗਰੇ 'ਚ 5 ਸਾਲ ਭਰਤੀ ਹੋਏ ਨੂੰ ਹੋ ਗਏ। ਉਸ ਤੋਂ ਬਾਅਦ ਜਦੋਂ ਭਰਤੀ ਹੋਇਆ ਸੀਗਾ, ਉਸ ਤੋਂ ਬਾਅਦ ਆਖਰੀ ਵਾਰ ਤੁਹਾਡੀ ਆਪਣੇ ਬੇਟੇ ਨਾਲ ਕਦੋਂ ਮੁਲਾਕਾਤ ਹੋਈ ਸੀ, ਕੀ ਗੱਲਬਾਤ ਹੋਈ ਸੀ? ਮੁਲਾਕਾਤ ਆਖਰੀ ਸਾਡੀ ਲੋਹੜੀ ਨੂੰ ਹੋਈ ਸੀ, ਲੋਹੜੀ ਨੂੰ ਸਾਨੂੰ ਮਿਲਣ ਆਇਆ ਸੀ, ਫਿਰ ਮੁੜ ਕੇ ਨਹੀਂ। ਉਸ ਤੋਂ ਬਾਅਦ 2-3 ਮਹੀਨਿਆਂ ਬਾਅਦ ਬਸ ਇਹ ਕੰਮ ਹੋ ਗਿਆ। ਤੁਹਾਨੂੰ ਕਦੋਂ ਪਤਾ ਲੱਗਾ ਸੀਗਾ ਕਿ ਇਸ ਤਰ੍ਹਾਂ? ਪਤਾ ਲੱਗਾ ਵੀ ਜਿੱਦਣ ਸ਼ਾਮ ਨੂੰ ਕੋਈ 5-6 ਵਜੇ ਦਾ ਟਾਈਮ ਸੀਗਾ ਸ਼ਾਮ ਦਾ, ਅਤੇ ਇੱਥੇ ਸਿਪਾਹੀ ਪੁਲਿਸ 2 ਬੰਦੇ ਆਏ, ਉਹਨਾਂ ਨੇ ਦੇਖਿਆ, ਸਾਨੂੰ ਦੱਸਿਆ ਵੀ ਤੁਹਾਡੇ ਇੱਦਾਂ ਕਰਕੇ ਬੇਟੇ ਨੂੰ ਤੁਹਾਨੂੰ ਸੱਟਾਂ ਲੱਗ ਗਈਆਂ, ਹਸਪਤਾਲ ਦਾਖਲ ਕੀਤਾ ਆ। ਅਸੀਂ ਸੋਚਿਆ ਚਲੋ ਦਾਖਲ ਕੀਤਾ ਆ, ਠੀਕ ਠਾਕ ਹੀ ਹੋਏਗਾ, ਹੋ ਜੂਗਾ ਠੀਕ। ਸਾਨੂੰ ਨਹੀਂ ਪਤਾ ਇਹ ਬਾਅਦ ਵਿੱਚ ਫਿਰ ਉੱਧਰ ਪਰੇ ਸਾਰੇ ਰੌਲਾ ਪੈ ਗਿਆ ਵੀ ਇਹ ਕੰਮ ਹੋ ਗਿਆ ਆ, ਬੇਟਾ ਸ਼ਹੀਦ ਹੋ ਗਿਆ। ਹਾਂ, ਸ਼ਹੀਦ ਹੋ ਗਿਆ। ਸਾਨੂੰ ਕੁਛ ਨਹੀਂ, ਸਾਨੂੰ ਪਤਾ ਲੱਗਿਆ ਲੋਕ ਸਾਰੇ ਆਉਣ ਕੇ ਦੇਖਣ ਸਾਡੇ ਵੱਲ, ਮੈਂ ਕਹਿੰਦੇ ਸਾਡੇ ਵੱਲ ਦੇਖਣ ਕਾਹਨੂੰ ਆਉਂਦੇ, ਸਾਡੇ ਮੂੰਹ ਵੱਲ ਦੇਖਣ ਆਉਂਦੇ ਆ, ਸਾਨੂੰ ਘੂਰ ਘੂਰ ਕੇ ਦੇਖਦੇ ਵੀ ਇਹਨਾਂ ਨੂੰ ਕੋਈ ਖਰੇ ਪਤਾ ਹੀ ਨਹੀਂ ਇਹਨਾਂ ਨੂੰ ਕਿਸੇ ਗੱਲ ਦਾ, ਵੀ ਇੱਥੋਂ ਮਨ ਦੇ ਵਿੱਚ ਸ਼ੱਕ ਹੋ ਜਾਂਦਾ ਕੋਈ ਗੱਲ ਹੋਈ ਆ ਜਿਸ ਤੋਂ ਇਹ ਕੰਮ ਹੋਇਆ ਆ। ਜਦੋਂ ਪਤਾ ਲੱਗਾ ਤੁਹਾਨੂੰ ਇਸ ਤਰ੍ਹਾਂ ਲੱਗਾ ਆ, ਫਿਰ ਸਾਨੂੰ ਫਿਰ ਕੁਛ ਨਹੀਂ, ਸਾਨੂੰ ਤਾਂ ਕੋਈ ਪਤਾ ਨਹੀਂ ਲੱਗੇ ਵੀ ਅਸੀਂ ਜ਼ਮੀਨ 'ਤੇ ਹਾਂ ਕਿ ਸਮਾਨ 'ਤੇ ਹਾਂ। ਦੱਸਿਆ ਗਿਆ ਕਿ 4 ਕੁੜੀਆਂ ਤੁਹਾਡੀਆਂ ਔਰ ਇਕਲੌਤਾ ਬੇਟਾ ਸੀ? ਪੰਜ ਗੁੱਡੀਆਂ। ਪੰਜ ਗੁੱਡੀਆਂ, ਇੱਕੋ ਭਰਾ ਉਹਨਾਂ ਦਾ। ਇਹ ਤਾਂ ਉਸ ਵੇਲੇ ਸੀਨ ਦੇਖਦੇ ਜਿਹੜਾ ਸਾਡੇ ਨਾਲ ਸੀਨ ਬੀਤਦਾ ਸੀ, ਸਾਨੂੰ ਪਤਾ ਸੀ ਵੀ ਜਿੱਦਾਂ ਸਾਡੇ ਨਾਲ ਕੀ ਹਾਲ ਹੁੰਦਾ ਆ, ਅਸੀਂ
ਕਹਿੰਦੇ ਕਿ ਧਰਤੀ ਸਾਨੂੰ ਬਿਰਲ ਦੇ ਦੇਵੇ ਤਾਂ ਅਸੀਂ ਧਰਤੀ ਦੇ ਵਿੱਚ ਖੱਪ ਜਾਈਏ, ਅਸੀਂ ਇਹ ਦੁੱਖ ਨਾ ਦੇਖੀਏ। ਤੁਸੀਂ ਸਾਨੂੰ ਦੱਸ ਰਹੇ ਕਿ ਅੱਜ ਵੀ ਜਦੋਂ ਮੈਨੂੰ ਆਪਣੇ ਬੇਟਾ ਯਾਦ ਆਉਂਦਾ ਤਾਂ ਕਲੇਜਾ ਫਟਣ ਨੂੰ ਆਉਂਦਾ, ਮੇਰੇ ਕਾਲ ਦਾ ਮੇਰੇ ਬੋਲਿਆ ਨਹੀਂ ਜਾਂਦਾ, ਮੇਰਾ ਗਾਲ ਦਾ ਗਲਾ ਕੱਟ ਹੋ ਜਾਂਦਾ ਆ। ਮੈਂ ਖਰੇ ਕਿੱਦਾਂ ਕਿੱਦਾਂ ਉਸ ਬੱਚੇ ਨੂੰ ਚਾਅ ਚਾਅ ਦੇ ਨਾਲ ਪਾਲਿਆ ਅਤੇ ਕਿੱਦਾਂ ਕਿੱਦਾਂ ਮੈਂ। ਤੁਸੀਂ ਆਪਣੇ ਘਰ ਵਿੱਚ ਪੂਰਾ ਉਹਦਾ ਕਮਰਾ ਤਿਆਰ ਕੀਤਾ, ਉਹਦੇ ਬੂਟ ਹਰ ਚੀਜ਼ ਤੁਸੀਂ ਰੋਜ਼ ਤਿਆਰ ਕਰਦੇ ਹੋ? ਰੋਜ਼ ਸਾਲ ਦੇ ਸਾਲ ਵੀ ਕਰੀਦਾ ਆ, ਲੈ ਜਾਂਦੇ ਦੇਖੀਦਾ ਆ, ਫੋਟੋਆਂ 'ਤੇ ਹੱਥ ਫੇਰੀਦਾ ਆ, ਯਾਦ ਕਰੀਦਾ ਆ। ਰਾਤ ਨੂੰ ਮੈਂ ਇਕੱਲੀ ਹੁੰਦੀ ਹਾਂ, ਮੈਂ ਇਕੱਲੀ, ਮੈਂ ਯਾਦ ਬੜਾ ਮੈਨੂੰ ਯਾਦ ਆਉਂਦਾ ਆ। ਮੈਂ ਨਹੀਂ ਬੱਚਾ ਇਸ ਵੇਲੇ ਮੈਨੂੰ ਤੂੰ ਕਿੱਥੇ ਛੱਡ ਗਿਆ, ਇਕੱਲੀ ਨੂੰ ਦੱਸ ਨਹੀਂ ਸਕਦੀ। ਮਹਿੰਦਰ ਕੌਰ ਜੀ, ਤੁਹਾਡੇ ਪਤੀ ਕਿੱਥੇ? ਉਹ ਵੀ ਚਲੇ ਗਏ। ਕਿੰਨੇ ਸਾਲ ਹੋ ਗਏ ਗੁਜ਼ਰੇ? 14 ਸਾਲ ਲੱਗਾ ਆ। ਉਦੋਂ ਤੋਂ ਅਕੇਲੇ ਰਹਿ ਰਹੇ ਹੋ ਘਰ ਵਿੱਚ? ਨਹੀਂ, ਗੁੱਡੀ ਹੈ, ਛੋਟੀ ਗੁੱਡੀ ਛੋਟੀ ਹੈਗੀ ਹੈ ਨਾਲ ਮੇਰੇ, ਡਿਊਟੀ ਜਾਂਦੀ ਹੈ, ਸ਼ਾਮ ਨੂੰ ਆ ਜਾਂਦੀ ਹੈ। ਬੇਟਾ ਉਹਦਾ ਛੋਟਾ ਜਿਹਾ ਸਕੂਲੇ ਗਿਆ ਆ। ਬੇਟੀ ਦੇ ਵਿਆਹ ਦੇ ਬਾਰੇ ਸੋਚਿਆ ਸੀਗਾ? ਹੋਰ ਸੋਚਿਆ ਸੀ, 3 ਸਾਲ ਤਾਂ ਹੋਏ ਸਾਰੇ, ਉਹਦੇ ਮੰਗਣੀ ਹੋਈ ਨੂੰ ਅਸੀਂ ਤਾਂ ਸੋਚਦੇ ਵੀ ਵਿਆਹ ਕਰਨਾ ਸੀ। ਮੰਗਣੀ ਕੀਤੀ ਹੋਈ ਸੀਗੀ? ਹਾਂਜੀ, ਵਿਆਹ ਲੈਣ ਜਾਣਾ ਸੀ। ਇੱਕ ਚਾਚਾ ਘਰ ਹੀ, ਇੱਕ ਹੈਗੇ ਛੋਟਾ ਚਾਚਾ ਉਹਦਾ ਜਿਹੜਾ ਫੌਜ ਵਿੱਚ, ਉਹ ਛੁੱਟੀ ਆਇਆ, ਕਹਿੰਦੇ ਚਲੋ 3 ਜਣੇ ਜਾਂਦੇ ਕੁੜਮਾਂ ਦੇ, ਨਾਲੇ ਮਿਲ ਆਉਂਦੇ ਉਹਨਾਂ ਨੂੰ ਅਤੇ ਨਾਲੇ ਵਿਆਹ ਦੇ ਮਾਰਫਤ ਵੀ ਗੱਲਬਾਤ ਕਰੀ ਆਉਂਦੇ, ਦਿਨ ਦਿਨ ਪੁੱਛ ਆਉਂਦੇ ਵੀ ਕੋਈ, ਅਤੇ ਪਤਾ ਨਹੀਂ ਵੀ ਸਾਨੂੰ ਰੱਬ ਨੇ ਕੋਈ ਟਾਈਮ ਖੁਸ਼ੀ ਦਾ ਦੇਣਾ ਹੀ ਨਹੀਂ ਸੀ। ਖੁਸ਼ੀ ਦਾ ਟਾਈਮ ਤਾਂ ਸਾਨੂੰ ਦਿੱਤਾ ਹੀ ਨਹੀਂ ਕੋਈ ਵੀ, ਅਸੀਂ ਤਾਂ ਰਹਿ ਗਏ ਖੁਸ਼ੀਆਂ ਦੇ ਚਾਹਾਂ ਵਿੱਚ ਹੀ, ਕਿੱਦਾਂ ਕਿੱਦਾਂ ਸਾਡੇ ਨਾਲ ਬੀਤੀਆਂ ਅਤੇ ਕਿੱਦਾਂ ਅਸੀਂ ਗੁਜ਼ਾਰੇ ਕੀਤੇ। ਤੁਹਾਨੂੰ ਅੱਜ ਵੀ ਸਰਕਾਰ ਪੁੱਛ ਗਿੱਛ ਕਰਦੀ ਹੈ? ਨਹੀਂ, ਨਾ ਪੁੱਛ ਗਿੱਛ ਕਰਦੀ, ਆਉਂਦੇ ਫੋਨ ਆਉਂਦੇ ਆ, ਪੁੱਛ ਗਿੱਛ ਕਰਦੀ ਆ, ਹਾਲ ਚਾਲ ਪੁੱਛਦੀ ਆ। 2-3 ਵਾਰੀ ਸਾਲ ਦਾ ਫੋਨ ਆਉਂਦੇ ਆ ਉਹਨਾਂ ਦੇ, ਹੁਣ ਵੀ ਆ, ਹਫ਼ਤਾ ਕੁ ਹੋਇਆ ਤਾਂ ਵੀ ਫੋਨ ਆਇਆ ਸੀ, ਅਤੇ ਕਰਦੇ ਉੱਦਾਂ ਪੁੱਛ ਗਿੱਛ ਕਰਦੇ ਆ। ਬਾਕੀ ਹੋਰ ਤਾਂ ਕੋਈ ਗੱਲ ਨਹੀਂ, ਵੀ ਚਲੋ ਹੌਸਲਾ ਵੀ ਆਈ ਦਿੰਦੇ, ਬੱਚੇ ਰਾਜ਼ੀ ਰਹਿਣ, ਆਪਣੇ ਮਾਂ ਪਿਓ ਦੇ ਭਾਗੀ ਠੀਕ ਠਾਕ ਰਹਿਣ, ਜਿਹੜੇ ਸਾਡੀ ਹਾਲ ਚਾਲ ਪੁੱਛਦੇ ਆ। ਮਹਿੰਦਰ ਕੌਰ ਜੀ, ਜਦੋਂ ਤੁਹਾਨੂੰ ਲੋਕ ਇੱਕ ਸ਼ਹੀਦ ਦੀ ਮਾਂ ਦੇ ਤੌਰ 'ਤੇ ਦੇਖਦੇ ਆ, ਉਸ ਤੋਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਪਤਾ ਲੱਗਦਾ ਇੱਕ ਸ਼ਹੀਦ ਦੀ ਮਾਂ ਜਾ ਰਹੀ ਹੈ। ਦੇਖਦੇ ਆ ਕਿ ਦੌੜ ਦੌੜ ਕੇ ਆਣ ਕੇ ਨਿਸ਼ਕਾਰ ਕਰਦੇ ਆ, ਬੁਲਾਉਂਦੇ ਆ, ਹੌਸਲਾ ਦਿੰਦੇ ਆ, ਅਤੇ ਬੜਾ ਉਸ ਵੇਲੇ ਮਨ ਦੇ ਬੱਚੇ ਦਾ ਆਉਂਦਾ ਆ ਖਿਆਲ, ਵੀ ਬੱਚਿਆ ਤੂੰ ਕਿੱਥੇ ਤੂੰ ਚਲਿਆ, ਕਿਹੜੇ ਦਿਨਾਂ ਦੇ ਵਿੱਚ ਤੂੰ ਆ ਕੇ ਤਾਂ ਸਾਡੇ ਨਾਲ ਧੋਖਾ ਦੇ ਕੇ ਚਲੇ ਗਿਆ, ਤੂੰ ਦੇਸ਼ ਦੀ ਰਾਖੀ ਕਰਨਾ ਆ? ਵੀ ਚਲੋ ਬੱਚਿਆ ਤੇਰੀ ਜਿੱਥੇ ਜਿੱਥੇ ਹੈਗਾ ਤੇਰਾ ਠੀਕ ਠਾਕ ਆਪਣੇ ਥਾਂ ਦੇ ਵਿੱਚ ਰਹੇ, ਤੂੰ ਤੇਰੀ ਸ਼ਾਂਤੀ ਮਨ ਨੂੰ ਦੇਵੇ ਰੱਬ। ਦੇਖੋ ਜੀ, ਇਹ ਵੀ ਬੜਾ ਵੱਡਾ ਇੱਕ ਜ਼ਿਗਰਾ ਸ਼ਹੀਦ ਦੀ ਮਾਂ ਦਾ ਹੋਣਾ, ਕਦੀ ਦਿਲ 'ਚ ਇੱਦਾਂ ਦਾ ਮਲਾਲ ਆਇਆ ਕਿ ਕਾਸ਼ ਮੈਂ ਆਪਣੇ ਬੱਚੇ ਨੂੰ ਫੌਜ 'ਚ ਨਾ ਭੇਜਦੀ ਅਤੇ ਅੱਜ ਇੱਕ ਇਕਲੌਤਾ ਬੇਟਾ ਤੁਹਾਡੇ ਕੋਲ ਹੁੰਦਾ? ਬੋਲਦੇ ਸੀ, ਇਹ ਤਾਂ ਕੋਈ ਝੂਠ ਹੀ ਨਹੀਂ ਗੱਲ, ਅਸੀਂ ਤਾਂ ਆਪ ਬੋਲਦੇ ਸੀ ਕਿ ਨਹੀਂ ਅਸੀਂ ਭਰਤੀ ਨਹੀਂ ਕਰਾਉਣਾ ਤੈਨੂੰ ਬੱਚਾ। ਡੈਡੀ ਉਹਦਾ ਕਹਿੰਦਾ ਸੀ ਵੀ ਚਲੋ ਮੈਂ ਕਮਾਉਂਦਾ ਹੀ ਹਾਂ, ਇਹ ਤਾਂ ਕੋਈ ਸਰਕਾਰੀ ਨੌਕਰੀ ਵੀ ਮੈਂ ਕਮਾਉਂਦਾ ਹੀ ਹਾਂ, ਤੇਰੇ ਜੋਗਾ ਬੜਾ ਕੁਛ ਹੈਗਾ ਆ, ਅਤੇ ਚੱਲ ਤੂੰ ਅਸੀਂ ਨਹੀਂ ਭਰਤੀ ਕਰਾਉਣਾ, ਤੈਨੂੰ ਕੋਈ ਦੁਕਾਨ ਪਾਉਣੇ, ਉਹ ਬਿਜ਼ਨਸ ਹੋਰ ਖੋਲ੍ਹ ਲੈ। ਅਤੇ ਤੂੰ ਕਹਿੰਦਾ ਨਾ ਮੈਂ ਭਰਤੀ ਹੋਣਾ ਆ, ਮੇਰਾ ਚਾਚਾ ਭਰਤੀ ਹੋਇਆ ਆ, ਮੈਂ ਵੀ ਭਰਤੀ ਹੋਣਾ, ਦੇਸ਼ ਦੀ ਸੇਵਾ ਕਰਨਾ ਚਾਹੁੰਦਾ, ਸੇਵਾ ਕਰਨੀ, ਮੈਂ ਵੀ ਦੇਸ਼ ਦੀ ਸੇਵਾ ਕਰਨੀ, ਮੈਂ ਹੋਰ ਸੇਵਾ ਇੱਥੇ ਕਾਹਦੀ ਕਰਾਂ, ਮੈਂ ਭਰਤੀ ਹੋਣਾ ਆ, ਮੈਂ ਦੇਸ਼ ਦੀ ਸੇਵਾ ਕਰਨ ਜਾਣਾ। ਬਹੁਤ ਉਹਨੂੰ ਤਰਲੇ ਮਾਰੇ, ਪਰ ਨਹੀਂ ਉਹ ਪਤਾ ਨਹੀਂ ਕੁਦਰਤ ਵਾਲਿਓ ਖਰੇ ਕੋਈ ਨਾਂ ਰੋਸ਼ਨ ਕਰਨਾ ਸੀ ਉਹਨੂੰ, ਕੋਈ ਕਿਸੇ ਗੱਲ ਦੀ ਅੱਗੇ ਰੁਕਾਵਟ ਹੀ ਨਹੀਂ ਹੋਈ, ਛਾਤੀ ਜੇ ਲਮਾਈ ਵਿੱਚ ਸਾਰੇ ਗੱਲਾਂ ਵਿੱਚ ਭਰਪੂਰ ਹੀ ਰਿਹਾ, ਕਿਤੋਂ ਨਹੀਂ ਉਹ ਗਲਤ ਹੋਇਆ, ਪਹਿਲੀ ਵਾਰ ਜਾਂਦੇ ਹਾਂ ਫਿੱਟ ਹੋ ਗਿਆ, ਦੇਸ਼ ਦੀ ਰਾਖੀ ਕਰਕੇ ਹੋਣਾ ਸੀ। ਹਸਬੈਂਡ ਨੂੰ ਗੁਜ਼ਰੇ ਹੋਏ ਕਿੰਨੇ ਚਿਰ ਹੋ ਗਏ? 4 ਸਾਲ ਲੱਗ ਗਿਆ ਆ।
ਦਿਲ ਦੇ ਦਿਲ ਵਿੱਚ ਹੀ ਨਾ ਤਾਂ ਕੋਈ ਜੇਕੋ ਆਪਣੇ ਸਾਥੀ ਹੋਵੇ ਕੋਈ ਦਿਲ ਦੀ ਦੁੱਖ ਸੁੱਖ ਦੀ ਗੱਲ ਕਰਦਾ, ਬੱਚਾ ਹੋਵੇ ਦੁੱਖ ਸੁੱਖ ਦੀ ਦਿਲ ਕਰਦਾ ਗੱਲ ਕਰਦਾ ਆ, ਆਉਂਦਿਆਂ ਦਿਸਣਾ ਬੜਾ ਵੱਡਾ ਗਰਵ ਹੁੰਦਾ ਆ ਮਾਂ ਨੂੰ, ਕਿੰਨਾ ਖੁਸ਼ੀ ਹੁੰਦੀ ਆ ਮੇਰਾ ਬੱਚਾ ਆਇਆ ਆ ਦੇਖ ਕੇ, ਰੌਣਕਾਂ ਬਣਦੀਆਂ ਆ, ਕਾਹਦੀਆਂ ਰੌਣਕਾਂ ਮੈਨੂੰ ਹੋਣੀਆਂ, ਮੇਰੇ ਦਿਲ ਦੇ ਵਿੱਚ ਬੜਾ ਦੱਸ ਨਹੀਂ ਸਕਦੀ ਮੈਂ, ਫਿਰ ਹੁਣ ਦਿਨ ਪਰ ਦਿਨ ਵਿੱਚੋਂ ਵਿੱਚ ਹੀ ਰਹਿੰਦੀ ਜਾ ਰਹੀ ਹਾਂ, ਮੇਰਾ ਜਿਗਰਾ ਜਿਹੜਾ ਨਾ ਟੁੱਟ ਗਿਆ ਜੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਦੇਖਿਆ ਇਹ ਸਨ ਰਜੇਸ਼ ਦੇ ਮਦਰ ਮਹਿੰਦਰ ਕੌਰ ਜੀ, ਜੋ ਅੱਜ ਵੀ ਇਸ ਘਰ ਵਿੱਚ ਅਕੇਲੇ ਰਹਿ ਰਹੇ ਨੇ, ਔਰ ਦੱਸਦੀ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਉਹਨਾਂ ਦੇ ਬੇਟੇ ਨੇ ਦੇਸ਼ ਦੇ ਖਾਤਰ ਐਡੀ ਵੱਡੀ ਕੁਰਬਾਨੀ ਦਿੱਤੀ, ਕਿਉਂਕਿ ਉਹ ਦੱਸ ਰਹੇ ਕਿ ਜੋ ਮਾਨ ਸਨਮਾਨ ਉਹਨਾਂ ਦੇ ਬੇਟੇ ਦੇ ਨਾਮ ਤੋਂ ਉਹਨਾਂ ਨੂੰ ਇਸ ਦੁਨੀਆ ਵਿੱਚ ਅੱਜ ਮਿਲ ਰਿਹਾ ਹੈ, ਉਹ ਕਿਤੇ ਨਾ ਕਿਤੇ ਉਹਨਾਂ ਦੀ ਬੇਟੇ ਦੀ ਸ਼ਹਾਦਤ ਹੀ ਇਸ ਲਈ ਪੂਰੇ ਤੌਰ 'ਤੇ ਜ਼ਿੰਮੇਵਾਰ ਹੈ, ਕਿਉਂਕਿ ਉਸ ਸ਼ਹਾਦਤ ਦੀ ਵਜ੍ਹਾ ਨਾਲ ਹੀ ਅੱਜ ਲੋਕ ਉਹਨਾਂ ਨੂੰ ਮਾਨ ਸਨਮਾਨ ਦੇ ਰਹੇ ਨੇ। ਉੱਥੇ ਹੀ ਦੱਸਦੇ ਕਿ ਉਹਨਾਂ ਦਾ ਇਹ ਵੀ ਕਹਿਣਾ ਕਿ ਅੱਜ ਵੀ ਅੱਜ ਤੱਕ ਇੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਇਹਨਾਂ ਨੂੰ ਸਰਕਾਰ ਵੱਲੋਂ ਅਤੇ ਆਰਮੀ ਵੱਲੋਂ ਹਰ ਸਾਲ ਪੁੱਛਗਿੱਛ ਕੀਤੀ ਜਾਂਦੀ ਹੈ, ਹਾਲ ਚਾਲ ਪੁੱਛਿਆ ਜਾਂਦਾ, ਔਰ ਸਾਲ ਵਿੱਚ ਦੋ ਦੋ ਤਿੰਨ ਤਿੰਨ ਵਾਰ ਫੋਨ ਕਰਕੇ ਇਹਨਾਂ ਦੀ ਸਾਰ ਵੀ ਜ਼ਰੂਰ ਲਈ ਜਾਂਦੀ ਹੈ। ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ, ਨਿਊਜ਼ 18 ਪੰਜਾਬ।